ਆ ਗਾਲ ਚੋੜ ਆਪਣਾ ਸੱਜਣੋ ਤੇ ਬੇਲੀਓ ਮਾਸੀਓ ਤੇ ਤੇਲੀਓ ਇਲਵਾਰੋ ਤੇ ਗੁਬਾਰੋ ਚੱਕੋ ਤੇ ਸਰਦਾਰੋ ਲਸੀਆਂ ਤੇ ਬੀੜੂ ਤੇ ਫੁੱਲ ਕਿਆਂ ਦੇ ਪਾੜੂ ਓ ਮੇਰੇ ਜੱਟ ਬਿਰਾਉ ਕੀ ਯਾਲੀ ਨੇ ਠੀਕ ਐ ਤੱਕ ਆ ਗਾਲ ਚੋੜਾ ਮੈਨੂੰ ਹੁੱਕਾ ਦੇ ਚੱਡੋ ਓ ਮਾਇਆ ਤੇ ਦੰਮੀ ਦਾ ਬੇਟਾ ਮਾਇ ਦਾ ਲੀਲੂ ਨੇ ਸਾਡ ਮੱਭਤ ਮੈਨਾਂ ਕੋਈ ਨਾ ਕਰਦੇ ਯਾਰ ਕਰਮਿੰਦਰ ਜੱਟ ਮੈਨੂੰ ਜ਼ਰਾ ਆਪਣਾ ਜ਼ਿਆਦਾ ਮਜ਼ਾ ਆਇ ਤੇ ਚੰਦਾ ਮੇਰਾ ਮੇਰਾ ਖੂਨ ਏ ਵੇ ਜੀ ਮੇਰਾ ਕਲਚਰ ਏ ਵੇ ਮੇਰੀ ਜ਼ਮੀਨ ਏ ਵੇ ਇਹਦੇ ਚ ਮੈਨੂੰ ਜ਼ਿਆਦਾ ਮਜ਼ਾ ਆਉਂਦਾ ਮੈਂ ਹੈਪੀ ਰਹਿਣਾ ਇਜ਼ੀ ਰਹਿਣਾ ਕਾਲੂ ਬਿਤਰੇ ਰਾਵ ਕਾਲੇ ਖਾਂ ਕਾਲ ਤੜਿਆ ਬਲੈਕ ਮੈਨ ਉਹ ਇਹ ਵਾਲਾ ਫੇਰਾ ਹਲਵਾ ਖਾਂ ਤੂੰ ਅੱਜ ਪਾਣੀ ਤੋਂ ਬਗੈਰ ਨਹੀਂ ਜਾਣਾ ਅੱਛਾ ਮੈਂ ਕਿਹਾ ਯਾਰ ਮੇਰੇ ਨਾਲ 8 9 ਬੰਦੇ ਮੈਂ ਕਿਹਾ ਨਹੀਂ ਯਾਰ ਕੋਈ ਗੱਲ ਨਹੀਂ ਮਸਤ ਜਿਹਾ ਮੁੰਡਾ ਸੀ ਉਹ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਖੈ ਨਾ ਸਾਡੀ ਬਿਸਤੀ ਕਰੂਗੇ ਕਿ ਯਾਰ ਸੁਣਾ ਡਰਾਮਾ ਠੀਕ ਲੱਗਾ ਕਹਿੰਦਾ ਯਾਰ ਠੀਕ ਹੈ ਤੁਹਾਡਾ ਡਰਾਮਾ ਮੈਂ ਕਹਿੰਦਾ ਫਿਰ ਵੀ ਕਿੰਨਾ ਕੁ ਠੀਕ ਹੈ ਯਾਰ ਤੂੰ ਤਾਂ ਰੋਂਦਾ ਪੈਂ ਕਹਿੰਦਾ ਮੈਂ ਡਰਾਮੇ ਦੇ ਵਿੱਚ ਤਾਂ ਨਹੀਂ ਰੋਂਦਾ ਪੈਂ ਮੇਰਾ ਤਾਂ ਵਕਫੇ ਤੋਂ ਪਾੜੇ ਸਾਈਕਲ ਕਿਸੇ ਚਾ ਲੈ ਮੈਂ ਖਤ ਨਾ ਰੱਖ ਨਾ ਤੇ ਇਸ ਹਾਲ ਹੋ ਗਿਆ ਨਤਲ ਹੋਇ ਸ਼ੁਰੂ ਕੀਤਾ ਇਹ ਜੀ 4 ਸਾਲ ਦਾ ਮੇਰਾ ਹੈ ਵੀ ਜੀ 4 ਸਾਲ ਦੇ ਵਿੱਚ ਮਤਲਬ ਕਿ 2 2.5 ਸਾਲ ਮੈਂ ਕੰਮ ਨਹੀਂ ਕੀਤਾ ਬਾਕੀ ਟਾਈਮ ਹੈ ਇਦੋਂ ਤੇ ਕੰਮ ਕੀਤਾ ਜੀ ਕਿਉਂਕਿ ਜੀ ਮੈਂ ਥੀਏਟਰ ਵੀ ਕਰਨਾ ਹੁੰਦਾ ਜੀ ਜੁਮਾ ਇਤਵਾਰ ਸਾਡੇ ਦੋ ਸ਼ੋਅ ਹੁੰਦੇ ਨੇ ਸ਼ੂਟ ਬਹੁਤ ਘਟ ਘੜ ਪਾਨਾ ਲੇਕਿਨ ਇਹ ਮੇਰੀ ਜਿਹੜੀ ਕਲਚਰ ਦੀ ਮੇਰੀ ਪਿੰਡਾਂ ਥਾਵਾਂ ਦੀ ਪਬਲਿਕ ਜਿਹੜੀ ਮੈਨੂੰ ਬਹੁਤ ਜ਼ਿਆਦਾ ਪਿਆਰੀ ਕਿਉਂਕਿ ਮੈਂ ਮੈਨੂੰ ਉਹਦੇ ਚੋ ਖੁਸ਼ਬੂ ਆਂਦੀ ਮੈਂ ਉਸ ਖੁਸ਼ਬੂ ਵਾਲੀ ਜ਼ਿੰਦਗੀ ਜਿਹੜੇ ਜਿਹੜੇ ਪਿੰਡ ਦੇ ਲੋਕਾਂ ਨੂੰ ਮੈਂ ਆਪਣਾ ਕੰਟੈਂਟ ਪਹੁੰਚਾਣਾ ਨਾ ਜੀ ਉਹ ਖੁਸ਼ ਹੁੰਦੇ ਨੇ ਉਹ ਮੈਨੂੰ ਕਾਲ ਕਰਦੇ ਰਹੀ ਆ ਮੈਨੂੰ ਫੀਲ ਹੁੰਦਾ ਹੈ ਕਿ ਯਾਰ ਇਹ ਮੇਰੀ ਵੀਵਰਸ਼ਿਪ ਹੈ ਉਹਦੇ ਨਾਲ ਮੈਨੂੰ ਆਕਸੀਜਨ ਮਿਲਦਾ ਹੈ ਜੀ ਅੱਛਾ ਤੁਹਾਡੇ ਇਸ ਜਿਹੜਾ ਟੈਂਪੋ ਹੈ ਜਿਹੜਾ ਤੁਹਾਡਾ ਚੱਲ ਰਿਹਾ ਵੇ ਦਿੱਤੂ ਵਾਲਾ ਇਸ ਤੋਂ ਇਲਾਵਾ ਬਾਕੀ ਕਰੈਕਟਰਸ ਦੇ ਵਿੱਚ ਤੁਸੀਂ ਅਪਰੀਸ਼ੀਏਟ ਹੋਏ ਜੀ ਬਿਲਕੁਲ 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 ਪਬਲਿਕ ਨਿਊਜ਼ ਤਵੀ ਮੈਂ ਕੀਤਾ ਮਤਲਬ ਮੈਂ ਸਵਾ 3:24 ਐਸ ਐਚਓ ਉਰਦੂ ਛ ਵੀ ਮੈਂ ਕੀਤਾ ਹਮ ਸਰ ਜੀ ਆਮਨੇ ਇਹ ਲੋਕੋ ਕੋ ਕਹਾਤਾ ਕਿ ਯਹਾਂ ਤੇ ਰਾਸ਼ਮਾਤ ਲਗਾਏ ਇਹ ਜੋ ਲੋਕ ਆ ਇਹ ਬਾਤ ਕੋ ਸਮਝਤੇ ਨਹੀਂ ਹੈ ਠੀਕ ਯਾਨੀ ਕਿ ਬਾਹਰ ਹੁੰਦਾ ਹੈ ਕੈਪੈਸਿਟੀ ਦੂਜੀ ਕਰੈਕਟਰ ਲੇਕਿਨ ਮੈਨੂੰ ਮੈਨੂੰ ਜ਼ਰਾ ਆਪਣਾ ਜ਼ਿਆਦਾ ਮਜ਼ਾ ਆਦੇ ਚੰਦਾ ਮੇਰਾ ਮੇਰਾ ਖੂਨ ਇਹ ਵੇ ਜੀ ਮੇਰਾ ਕਲਚਰ ਇਹ ਵੇ ਮੇਰੀ ਜ਼ਮੀਨ ਇਹ ਵੇ ਇਹਦੇ ਵਿੱਚ ਮੈਨੂੰ ਜ਼ਿਆਦਾ ਮਜ਼ਾ ਆਉਂਦਾ ਮੈਂ ਹੈਪੀ ਰਹਿਣਾ ਆਈਜ਼ੀ ਰਹਿਣਾ ਅੱਛਾ ਇਹ ਜਿਹੜੇ ਤੁਹਾਡੇ ਚੱਲਦੇ ਨੇ ਪਿੰਡੂ ਨਿਊਜ਼ ਦੇ ਉੱਤੇ ਸਟੋਰੀਜ਼ ਜਿਹੜੀਆਂ ਹੁੰਦੀਆਂ ਨੇ ਇਹ ਤੁਸੀਂ ਆਪ ਲਿਖਦੇ ਹੋ ਹਾਂਜੀ 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 ਲੇਕਿਨ ਇਹ ਵੀ ਮੈਂ ਲਿਖਦਾ ਵੀ ਨਹੀਂ ਜੀ ਬਸ ਇਹ ਅੱਲਾ ਪਾਕ ਨੇ ਇੱਕ ਮਤਲਬ ਰੋਜ਼ੀ ਦਾ ਸਿਸਟਮ ਬਣਾਇਆ ਹੈ ਲੋਕੇਸ਼ਨ ਤਾਂ ਚਾਹੀਦਾ ਕੁਝ ਦਿਮਾਗ ਆਪਸ ਵਿੱਚ ਜੋੜ ਕੇ ਕੁਝ ਆਪਣੇ ਸਾਥੀਆਂ ਨਾਲ ਕੋਆਰਡੀਨੇਸ਼ਨ ਕਰਕੇ ਕੋਈ ਉਹਦੀ ਵਨ ਲਾਈਨ ਤਿਆਰ ਕਰਕੇ ਤੇ ਫਿਰ ਅੱਲਾ ਦਾ ਨਾਮ ਲੈ ਕੇ ਸ਼ੁਰੂ ਹੋ ਜਾਂਦਾ ਬਸ ਉਹ ਫਿਰ ਅੱਛਾ ਇਹਦੇ ਚ ਇੱਕ ਕੈਮਿਸਟਰੀ ਬੜੀ ਅੱਛੀ ਹੈ ਮੈਂ ਜੋ ਕਿ ਦੇਖਦਾ ਹਾਂ ਤੁਹਾਡਾ ਉਹ ਬੜਾ ਮਜ਼ਾ ਲੈਣਾ ਥੈਂਕ ਯੂ ਥੈਂਕ ਯੂ ਔਰ ਮੈਂ ਰੈਗੂਲਰ ਤੁਹਾਡਾ ਵੀਅਰ ਆ ਥੈਂਕ ਯੂ ਸੋ ਮਚ ਫਾਲੋ ਕਰਨਾ ਤੇ ਇਹਦੇ ਵਿੱਚ ਇੱਕ ਕੋ ਕਵਾ ਬਰੀਆਨੀ ਦੀ ਕਮਿਸੀ ਤੁਹਾਡੇ ਨਾਲ ਬਣੀ ਜਿਹੇ ਕਵਾ ਬਰੀਆਨੀ ਹੈ ਚੌਂਸਾ ਹੈ ਜੀ ਚੌਂਸੇ ਦੀ ਹ ਸਾਡੇ ਕੋਲ ਕਾਲੂ ਪਿਤਰੇਰ ਹੈ ਜੀ ਮਤਲਬ ਇਹ ਉਹ ਡਾਇਲਗ ਜਿਹੜਾ ਕਿ ਟਿਕਟਾਕ ਤੇ ਬਹੁਤ ਕਾਲੂ ਪਿਤਰੇਰ ਕਾਲੇ ਖਾਨ ਕਾਲ ਤੜਿਆ ਬਲੈਕ ਮੈਨ ਇਹ ਵਾਲਾ ਫਿਰ ਆ ਹਲਵਾ ਕਾ ਫਿਰ ਇਹ ਕੋ ਹ ਦਰਿਆ ਬੋਰਿਆ ਬਾਂਡੇ ਕੁੰਜੋ ਜਲਜਲਾ ਆ ਗਿਆ ਹੀ ਨੇ ਯਾਨੀ ਕਿ ਇੱਕ ਐਸਾ ਕਿਰਦਾਰ ਹੈ ਮਾਸ਼ਾ ਅੱਲਾਹ ਜੀ ਇਹਦਾ ਬੱਚਿਆਂ ਚ ਮੇਰੀਆਂ ਭੈਣਾਂ ਚ ਮੇਰੀਆਂ ਮਾਵਾਂ ਚ ਮੇਰੇ ਬਜ਼ੁਰਗਾਂ ਚ ਇਤਨਾ ਫੇਮਸ ਸੀ ਜੀ ਇੱਕ ਇੱਕ ਲਾਈਨ ਲੋਕਾਂ ਨੂੰ ਯਾਦ ਹੈ ਵਾਹ ਵਾਹ ਮੈਂ ਹਮਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਨਾ ਜਿਹੜੇ ਦਿੱਤੂ ਨੂੰ ਵੇਖਦੇ ਨੇ ਮੈਨੂੰ ਵੇਖਦੇ ਨੇ ਔਰ ਇਤਨਾ ਡੀਪਲੀ ਹੋ ਕੇ ਵੇਖਦੇ ਨੇ ਤੇ ਤੁਸੀਂ ਜਾਲੀ ਰੱਖੋਗੇ ਇਨਸ਼ਾ ਅੱਲਾਹ ਸਾਡੀ ਜ਼ਿੰਦਗੀ ਦੇ ਨਾਲ ਹੈ ਇਹ ਦੁਨੀਆ ਦੇ ਉੱਤੇ ਇਸ ਕੰਮ ਜੋ ਜਿੱਥੇ ਵੀ ਤੁਹਾਡਾ ਮੁਕਾਮ ਚਲੇ ਜਾਵੇ ਲੇਕਿਨ ਇਹ ਹਿੱਸਾ ਤੁਹਾਡੀ ਜ਼ਿੰਦਗੀ ਜ਼ਿੰਦਗੀ ਚ ਰਹੇਗਾ ਹਮੇਸ਼ਾ ਜੁੜਿਆ ਰਹੇਗਾ ਹਮੇਸ਼ਾ ਜੁੜਿਆ ਰਹੇਗਾ ਜੀ ਇਹਹੀ ਮਕਸਦ ਇਹ ਮੈਂ ਇਸ ਕੰਮ ਦੀ ਜੀ ਇਹ ਜ਼ਰਾ ਸਾਵਧਾਈ ਰੱਖੇਗਾ ਜੀ ਸਾਵਧਾਈ ਰੱਖੇਗਾ ਜ਼ਿੰਦਗਾਨੇ ਹਾਂ ਜੀ ਮੇਰੇ ਵਾਲਦ ਸਾਹਿਬ ਨਾਲ ਬੜੀ ਮੁਹੱਬਤ ਸੀ ਨਾ ਜੀ ਅੱਛਾ ਇਹ ਜਿਹੜਾ ਦਿੱਤੂ ਦਾ کردار ਹੈ ਜੀ ਇਹ ਮੈਂ ਆਪਣੇ ਵਾਲਦ ਸਾਹਿਬ ਦਾ کردار ਮੇਰੇ ਵਾਲਦ ਸਾਹਿਬ ਬੜੇ ਸਾਦਾਗੋ ਆਦਮੀ ਸਨ ਜੀ ਤੇ ਉਹ ਮਸਲਮ ਉਹਨਾਂ ਦਾ ਸਾਰਾ ਸਟਾਈਲ ਹੈ ਇਸੀ ਜਿਸ ਤਰ੍ਹਾਂ ਕਿ ਮੈਂ ਇੱਕ irdar ਕਰਨਾ ਪਿੰਡੂ ਨਿਊਜ਼ ਇਹਨਾਂ ਦਾ YouTube ਚੈਨਲ Facebook ਦੇ ਉਤੇ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਇਹ ਦਿੱਤੂ ਦੇ ਨਾਂ ਤੋਂ ਕੰਮ ਕਰ ਰਹੇ ਨੇ ਔਰ ਬਹੁਤ ਜ਼ਿਆਦਾ ਇਹਨਾਂ ਦੇ ਫਾਲੋਅਰ ਵੀ ਨਹੀਂ ਫਾਲੋਅਰ ਕਿ ਤੁਹਾਨੂੰ ਕਿਵੇਂ ਦਸੀਏ ਫੈਨ ਤੁਹਾਨੂੰ ਦੱਸ ਦਈਏ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਵੋ ਮੈਂ ਪਿੰਡ ਗਿਆ ਨਾ ਤੇ ਮੈਨੂੰ ਇੱਕ ਮੇਰਾ ਫੈਨ ਮਿਲਿਆ ਮੈਨੂੰ ਆਂਦਾ ਆਪਣਾ ਦਿੱਤੂ ਹਾਂ ਬਈ ਬੜਾ ਚੰਗਾ ਕੰਮ ਕੀਤਾਈ ਤੇਰੀ ਮਾਇਓ ਵੇਖੀ ਉਹਨੂੰ ਕੀ ਆਂਦੇ ਨੇ ਉਹ ਆਪਣਾ ਆਪਣਾ ਨਹੀਂ ਹੁੰਦੀ ਆ ਆਪਣਾ ਸੀਡੀ ਤੇਰੀ ਮੈਂ ਵੇਖੀ ਏ ਤੇ ਮੈਨੂੰ ਬੜੀ ਚਾਹ ਸਾਈਏ ਤੇ ਤੂੰ ਅੱਜ ਪਾਣੀ ਤੋਂ ਬਗੈਰ ਨਹੀਂ ਜਾਣਾ ਅੱਛਾ ਮੈਂ ਕਿਹਾ ਯਾਰ ਮੇਰੇ ਨਾਲ 8-9 ਬੰਦੇ ਮੈਂ ਕਿਹਾ ਨਹੀਂ ਯਾਰ ਕੋਈ ਗੱਲ ਨਹੀਂ ਮਸਤ ਜਿਹਾ ਮੁੰਡਾ ਸੀ ਉਹ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਖੈ ਨਾ ਸਾਡੀ ਬਿਸਤੀ ਕਰੂਏ ਸਾਡੇ ਇਲਾਕੇ ਦਾ ਤੂੰ ਫਨਕਾਰ ਹੈ ਤੇ ਮਜ਼ਾ ਆਇਆ ਮਕਾਉਲੀਆਂ ਤੂੰ ਤੇ ਤੂੰ ਜਾਣਾ ਨਹੀਂ ਪਾਣੀ ਤੋਂ ਬਗੈਰ ਯਾਨੀ ਕਿ ਪਿੰਡਾ ਥਾਣਾ ਚਾਹੀਏ ਕਿ ਪਾਣੀ ਨਹੀਂ ਆਉਂਦਾ ਪਾਣੀ ਤੋਂ ਬਗੈਰ ਕਿ ਅੰਨ ਪਾਣੀ ਯਾਨੀ ਕਿ ਖਾਤਰ ਤਵਾਜ਼ਾ ਦਾ ਮਤਲਬ ਮੈਂ ਕਿਹਾ ਵੀ ਇਹ ਤਾਂ ਹੁਣ ਜਿੱਦੇ ਪੈ ਗਿਆ ਮੇਰੇ ਨਾਲ 8-9 ਮੁੰਡੇ ਮੈਂ ਪਹਿਲੀ ਵਾਰੀ ਕਾਰ ਤੇ ਪਿੱਡ ਗਿਆ ਆ ਮੈਂ ਕਿਹਾ ਯਾਰ ਇਹਨੂੰ 8-9 ਬੋਤਲਾਂ ਪੈ ਜਾਣੀਆਂ ਤੇ ਵਿਚਾਰਾ ਮਸਕੀਨ ਹੈ ਉਜ਼ਾਕਾ ਤੂੰ ਮੈਨੂੰ ਕਮੀ ਨਾ ਸਮਝੋ ਮੈਂ ਪਾਣੀ ਤੋਂ ਬਗੈਰ ਤੈਨੂੰ ਕੋਈ ਨਹੀਂ ਉਜਾਵਣ ਦੇਣਾ ਮੈਂ ਕਿਹਾ ਇਸ ਤੋਂ ਪਹਿਲੇ ਕੋਡ ਕੇ ਮੈਨੂੰ ਚਾਟਾ ਮਾਰਨ ਲੱਗ ਪਵੇ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਆਓ ਜੀ ਪਾਣੀ ਪੀਣੇ ਬismillah ਮੈਂ ਕਿਹਾ ਜੀ ਨੰਬਰਦਾਰ ਦੀ ਪਿਆਓ ਪਾਣੀ ਜੀ ਆਪਣੇ ਘਰ ਲੈ ਗਿਆ ਆਂਦਾ ਮੈਂ ਨਲਕਾ ਗੇੜਨਾ ਤੁਸੀਂ ਸਾਰੇ ਵਾਰੀ ਵਾਰੀ ਪੀਤੀ ਆਓ ਮਾਦਮ ਨੇ ਫੋ ਬੋਤਲ ਛੋਲ ਕੇ ਬੱਸ ਕੁਸੋੜਦਾ ਸੋਡਾ ਬਣਾਇਆ ਉਸੇ ਕੋ ਲੱਸੀ ਦੁੱਧ ਦਾ ਪੱਕਾ ਮੈਂ ਕਿਹਾ ਬਹੁਤ ਸਾਰਾ ਇਹਦੇ ਬਸ ਇੱਕ ਜੁਮਲਾ ਕਿ ਯਾਰ ਪਾਣੀ ਛਣੇ ਪੀ ਕੇ ਜਾਨਾ ਯਾਨੀ ਕਿ ਖਾਤਰ ਤਾਂ ਹਜ਼ਰ ਬੈਠੋ ਕੋਈ ਸੇਵਾ ਤੁਹਾਡੀ ਹਾਂਜੀ ਲੇਕਿਨ ਪਾਣੀ ਉਹਨੇ ਉਹੀ ਕਹਿੰਦਾ ਵੀ ਮੇਰੇ ਘਰ ਆਏਗਾ ਤੇ ਜੋ ਲੂਣ ਮਰਚ ਹੋਏਗਾ ਮੈਂ ਤੈਨੂੰ ਦੇ ਦੇਗਾ ਉਹ ਫਿਰ ਗਿਆ ਤੇ ਉਹ ਲੂਣ ਮਰਚ ਹੀ ਸੀ ਕੋਈ ਉਹ ਹੱਡੀ ਗੁੰਡੀ ਕੋ ਗੋਸ਼ਤ阿里 ਨਹੀਂ ਦੇ ਕਿਨ ਲਗਾ ਗੇੜਦੇ ਜਦ ਕਹਿੰਦਾ ਚਲੋ ਪੀਓ ਪਾਣੀ ਪੀਓ ਉੱਥੇ ਜਿਸੀ ਸਾਰੇ ਜਿਹੜੇ ਬੋਕ ਨਾਲ ਪਾਣੀ ਪੀ ਰਹੇ ਸਾਰੇ ਉੱਥੇ ਜਨਾਬ ਬਿਲੀਅਰ ਵਾਟਰ ਦੀਆਂ ਬੋਤਲਾਂ ਵੀ ਲੈ ਰਹੇ ਨੇ ਇਹ ਫੈਨ ਇੰਜ ਦੇ ਵੀ ਮਿਲ ਜਾਂਦੇ ਜੀ ਬਿਲਕੁਲ ਮਿਲ ਜਾਂਦੇ ਨੇ ਹੁਣ ਅਸੀਂ ਸਰਗੋਧ ਦੇ ਡਰਾਮਾ ਕਰ ਰਹੇ ਹਾਂ ਜੀ ਵਾਜਦ ਖਾਂ ਮੈਂ ਅੱਲਾ ਜੰਨਤ ਜਦੋਂ ਨਦੀਮ ਬਰਾਲ ਸਾਹਿਬ ਉੱਥੇ ਲਾੜ ਸਾਲ ਦੇ ਵਿੱਚ ਤੇ ਅਸੀਂ ਇੰਟਰਵਲ ਤੇ ਨਾ ਜੀ ਟਰੈਜਡੀ ਬੋਲਦੇ ਹੁੰਦੇ ਸਾਰੇ ਅਸੀਂ ਹੁਣ ਟਰੈਜਡੀ ਬੋਲ ਰਹੇ ਹਾਂ ਤੇ ਖਾਲ ਦੇ ਵਿੱਚ ਬੰਦਾ ਰੋ ਰਿਹਾ ਮੈਂ ਨਾਲ ਵਾਜਦ ਨੂੰ ਕਿਹਾ ਮੈਂ ਕਿਹਾ ਵਾਜਦ ਯਾਰ ਅੱਜ ਆਪਾਂ ਕੀ ਪਰਫਾਰਮੈਂਸ ਦਿੱਤੀ ਹੈ ਵੀ ਬੰਦਾ ਹਾਲੇ ਚ ਰੋਂਦਾ ਪਿਆ ਯਾਰ ਕੀ ਅਸੀਂ ਮੈਂ ਕਿਹਾ ਫਨਕਾਰ ਹਾਂ ਹੁਣ ਇੰਟਰਵਲ ਆਇਆ ਤੇ ਬੰਦਾ ਉਧਰੋਂ ਨਿਕਲਿਆ ਤੇ ਅਸੀਂ ਵੇਖੇ ਜੋ ਦਾ ਨਵੇਂ ਨਵੇਂ ਫਨਕਾਰ ਨੂੰ ਦਾਦ ਲੈਣ ਦਾ ਬੜਾ ਸ਼ੌਕ ਹੁੰਦਾ ਤੇ ਅਸੀਂ ਉਸ ਬੰਦੇ ਨੂੰ ਵੇਖਿਆ ਤੇ ਮੈਂ ਉਹਨੂੰ ਕਿਹਾ ਇਸ਼ਾਰਾ ਕੀ ਬੰਦੇ ਨੇ ਇਸ਼ਾਰਾ ਕੀਤਾ ਆਏ ਮੈਂ ਕਿ ਯਾਰ ਸੁਣਾ ਡਰਾਮਾ ਠੀਕ ਲੱਗਾ ਕਹਿੰਦਾ ਯਾਰ ਠੀਕ ਹੈ ਤੁਹਾਡਾ ਡਰਾਮਾ ਮੈਂ ਕਿ ਫਿਰ ਵੀ ਕਿੰਨਾ ਕੁ ਠੀਕ ਹੈ ਯਾਰ ਤੂੰ ਤਾਂ ਰੋਂਦਾ ਪਿਆ ਕਹਿੰਦਾ ਮੈਂ ਡਰਾਮੇ ਦੇ ਵਿੱਚ ਤਾਂ ਨਹੀਂ ਰੋਂਦਾ ਪਿਆ ਮੇਰਾ ਤਾਂ ਵਕਫੇ ਤੋਂ ਪਾੜੇ ਸਾਈਕਲ ਕਿਸੇ ਚਾਲੇ ਮੈਂ ਰੱਖਦਾ ਰਹਣਾ ਤੇਰੀ ਮੈਂ ਸਮਝਿਆ ਸਾਡੀ ਮੈਂ ਜਦੋਂ ਸਾਡੀ ਪਰਫਾਰਮੈਂਸ ਤੋਂ ਰੋ ਰਿਹਾ ਉਹ ਸਾਈਕਲ ਘੜਾਈ ਫਿਰਦਾ ਸੀ ਜੀ ਕਲ ਮੈਂ ਹੁਣ ਆਇਆ ਤਮਾਸੀਲ ਦੀ ਤੁਹਾਨੂੰ ਗੱਲ ਦੱਸ ਰਿਹਾ ਕਿ ਮੈਨੂੰ ਵਿੱਕੀ ਸਾਹਿਬ ਨੇ ਮੌਲਾ ਜੱਟ ਬਣਾਇਆ ਤੇ ਮੌਲਾ ਜੱਟ ਨੇ ਹੱਥ 'ਚ ਗੰਡਾਸਾ ਫੜਿਆ ਤੇ ਸਾਈਕਲ ਤੇ ਆਇਆ ਮੈਂ ਅੰਦਰ ਵੜਿਆ ਇੰਜ ਕਰਕੇ ਗੰਡਾਸਾ ਲਾ ਕੇ ਤੇ ਇੱਕ ਹਾਲ 'ਚ ਬੰਦਾ ਕਹਿੰਦਾ ਜੀ ਹੋ ਰਾਂਜਿਆ ਮੈਂ ਕਿਹਾ ਯਾਰ ਮੈਂ ਮੌਲਾ ਜੱਟ ਬੜਿਆ ਆਇਆ ਉਹ ਮੈਂ ਕਿਹਾ ਤੁਹਾਨੂੰ ਬਨਸਾ ਵੀ ਨਜ਼ਰ ਨਹੀਂ ਆ ਰਿਹਾ ਯਾਨੀ ਇਹਨੇ ਸਾਦਾ ਲੋਕ ਵੀ ਲੇਕਿਨ ਉਹਨਾਂ ਦੀ ਮੁਹੱਬਤ ਦੀ ਇੰਤਹਾ ਆਨੀ ਸਰ ਦੇਖੋ ਐਸ ਸਾਦਗੀ ਇਸ ਕਦਰ ਸਾਦਗੀ ਔਰ ਖੋਚਲਪੁਰਾ ਕੀ ਹੁੰਦਾ ਇੱਥੇ ਤੇ ਕਹਿੰਦਾ ਕਿ ਉਹਦੀ ਸਾਈਕਲ ਗੁੰਮ ਗਈ ਉਹ ਰੋ ਰਿਹਾ ਉਹ ਤੁਹਾਨੂੰ ਕਹਿ ਰਿਹਾ ਕਿ ਡਰਾਮਾ ਇਹ ਤਾਂ ਸਿਚੁਏਸ਼ਨ ਬਣ ਗਈ ਨਾ ਜੀ ਤੁਹਾਡੀ ਫੈਨਸੀ ਵਿੱਚ ਤੁਹਾਡਾ ਡਰਾਮਾ ਦੇਖਣਾ ਹੈ ਇਹ ਤਾਂ ਗੱਲ ਕਲੀਅਰ ਉਹਨਾਂ ਸਾਨੂੰ ਤੁਹਾਨੂੰ ਸਾਫ਼ ਗੱਲ ਦੱਸ ਰਿਹਾ ਤੇ ਜਿਹੜੇ ਖੋਚਲ ਫੈਨ ਹੁੰਦੇ ਨਾ ਉਸ ਹੈ ਕਿਸ ਨੂੰ ਮੋਟਰਸਾਈਕਲ ਗਵਾਚ ਗਈ ਤੇ ਰੋਣਾ ਆਉਦਾ ਤੇ ਪਾਗਲੇ ਤੇ ਦਿਲ ਦੀ ਕੀ ਹੈ ਜੀ ਬਸ ਮੈਂ ਦਾ ਮੈਂ ਦਾ ਪ੍ਰਾ ਇਹ ਹੰਜੂ ਤੇ ਦੇ ਆਸtene ਬਸ ਅੱਜ ਤੂੰ ਮਿਲਿਆ ਨਾ ਤੇ ਚਾਈ ਇਹ ਨਾ ਚੜਿਆ ਕਿ ਆਜ ਸੁਬਹ ਮੈਂ ਜਪੀ ਹਾਲਾ ਕੇ ਫਰਕ ਉਹ ਉਹ ਫੈਨ ਨੇ ਵੀ ਕਹਿ ਸਕਦਾ ਕਿ ਤੇਰਾ ਡਰਾਮਾ ਵੇਖਣਾ ਆ ਸਾਡਾ ਸਾਈਕਲ ਚੁਕਿਆ ਗਿਆ ਯਾਨੀ ਉਹ ਆਪਣੇ ਯਾਨੀ ਕਿ ਹੀਰੋ ਤੇ ਸਾਈਕਲ ਪਾਤਾ ਤੇਰਾ ਡਰਾਮਾ ਦੇਖਣਾ ਆ ਤੇ ਸਾਡਾ ਸਾਈਕਲ ਚੁਕਿਆ ਗਿਆ ਐਸੀ ਫੈਨ ਨਹੀਂ ਤੇ ਐਸੀ ਐਸ ਐਫ ਐਨ ਵੀ ਐਂਡੂ نیوز ਦੇ ਉਤੇ ਕਿ ਵੀ ਇਹ ਤੁਹਾਡੇ ਵੱਲ ਸਾਹਿਬ ਦੀ ਜੀ 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 ਬਿਲਕੁਲ ਬਿਲਕੁਲ ਉਹਨਾਂ ਦਾ ਸਾਰਾ ਹੈ ਉਹ ਇਸ ਤਰ੍ਹਾਂ ਹੀ ਸੁਲੂਕਾ ਉਹਨਾਂ ਨੇ ਪਾਣਾ ਹੁੰਦਾ ਯਾਨੀ ਕਿ ਦਿੱਤੂ ਕਿਸ ਤਰ੍ਹਾਂ ਬੋਲਦਾ ਆਪਨਾ ਗਾਲ ਚੜਾ ਆਪਣਾ ਸੱਜਣਾ ਤੇ ਬੇਲੀਓ ਮਾਸੀਓ ਤੇ ਤੇਲੀਓ ਰੋਤ ਕੋ ਬਾਰੋ ਜਿੱਕੋ ਤਸਰਦਾਰੋ ਲਸੀਆਂ ਦੇ ਬੇੜੂ ਤੇ ਫੁੱਲ ਕਹਾਂਦੇ ਪੈੜੂ ਏ ਮੇਰੇ ਜੱਟ ਬਿਰਾਉ ਕੀ ਆਲੀ ਨੇ ਠੀਕ ਐ ਤੱਕ ਆ ਗਾਲ ਪੜਾ ਮੈਨੂੰ ਹੁੱਕਾ ਦੇ ਚੱਡੋ ਓਏ ਮੈਂ ਤਾਂ ਦੰਮੀ ਦਾ ਬੇਟਾ ਮੈਂ ਦਲੀਲ ਉਹਨਾਂ ਦੇ ਸਾਡ ਮੋਬੱਤ ਮੈਂ ਨਾ ਕੋਈ ਨਾ ਕਰਦੇ ਯਾਰ ਤਨ ਮੈਂ ਦੱਸਾਂ ਜੇ ਨਹੀਂ ਕਿਉਂ ਜੇ ਨਹੀਂ ਆਪ ਵਾਲਦ ਸਾਹਿਬ ਇਸ ਤਰ੍ਹਾਂ ਬੋਲਦੇ ਜੀ ਬਿਲਕੁਲ ਹੈ ਸਲਾਮਤ ਤੁਹਾਨੂੰ ਕਿਸ ਨੂੰ ਮੁਖਾਤਬ ਕਰਦੇ ਜਨ ਵਾਲਦ ਸਾਹਿਬ ਆਪਣਾ ਖਾਰੀ ਆ ਬੋਧਰਾ ਯਾਨੀ ਮੇਰਾ ਇਫਤਖਾਰ ਹੁਸੈਨ ਦੁਖਾਰੀ ਮੈਨੂੰ ਕਹਿੰਦਾ ਪੋਧਰਾ ਆ ਗੰਦੇ ਕੰਮ ਛੱਡ ਦੇ ਫਿਰ ਮੈਂ ਬਲਮਾਲੇ ਤੇ ਵਜਾਈ ਨਾ ਇਹ ਸਾਡਾ ਕੰਮ ਨਹੀਂ ਅਸੀਂ ਜੱਟ ਬੂਲ ਬੰਦੇ ਹਾਂ ذلیل ਨਕਰਾਂ ਤੇ ਦੇ ਤੇ ਮੈਨੂੰ ਖਾਤ ਕਰਦੇ ਨੇ ਯਾਨੀ ਮੇਰੇ ਤੇ ਬਿਠਾ ਕੇ ਲੋਗ ਮੈਨੂੰ ਗੱਲਾਂ ਕਰਦੇ ਤੇਰਾ ਪੁੱਤ ਡਰਾਮਿਆਂ ਡਰੋਂ ਮੈਂ ਅਜ ਕੰਮ ਕਰਦਾ ਜੀ ਬੜੇ ਸਾਦਾ ਲੋਕ ਸਨ ਬੜੇ ਸਾਦਾ ਮਾਸ਼ੱਲਾ ਬਹੁਤ ਹੀ ਸਾਦਾ ਲੋਕ ਸਨ ਵਾਲਾ ਸਾ ਚੰਦੀ ਦੁਆ ਜੀ ਜੀ والدین ਦੀ ਦੁਆ ਜਿਹੜੀ ਨਾ ਜੀ ਉਹ ਬੜੀ ਅਮੀਅਤ ਰੱਖਦੀ ਜਦੋਂ والدین ਨਹੀਂ ਨਾ ਹੁੰਦਾ ਜੀ ਫਿਰ ਜ਼ਿੰਦਗੀ ਪੁੱਲ ਸਰਾਤ ਤੇ ਦੁਨੀਆ ਤੇ ਹੀ ਹੋ ਜਾਂਦੀ ਜੀ ਕਿਉਂਕਿ ਦੁਆ ਨਹੀਂ ਹੁੰਦੀ ਵਿੱਚੇ